ਪਿਸਤੌਲ ਵਾਲੀ ਜਿਹੜੀ ਤੁਸੀਂ ਦੱਸ ਰਹੇ ਬੰਦੂਕ ਵਾਲੀ ਤਸਵੀਰ ਖਿੱਚੀ ਗਈ ਤਸਵੀਰ ਖਿੱਚੋ ਘਰ ਚ ਖਿੱਚੀ ਜਾਓ ਖਾ ਤੁਸੀਂ ਜਦੋਂ ਲੋਕਾਂ ਦੇ ਬੱਚਿਆਂ ਨੂੰ ਇਹ ਤਸਵੀਰ ਪਹੁੰਚਾਓਗੇ ਤੇ ਇਹਦਾ ਕੀ ਮੈਸੇਜ ਦੇ ਰਹੇ ਹੋ ਇਹ ਜਦੋਂ ਫੜੇ ਗਏ ਨੇ ਇੱਥੇ ਡੱਕੀ ਸਾਰਾ ਕੇਸ ਆਪਣੀ ਬੁੱਢੀ ਤੇ ਪਾਰ ਇੱਥੇ ਤੇ ਇੱਕੋ ਹੀ ਲਫ਼ਜ਼ ਬੰਦਾ ਫਿਰ ਫੈਮਲੀਆਂ ਵੇਖ ਰਹੀਆਂ ਨੇ ਬਸ ਫਿਰ ਹਿਸ਼ਾਰਾ ਕਰਦੇ ਆ ਇਹਦੀ ਬੁੱਢੀ ਦੀ ਗੰਦੀ ਵੀਡੀਓ ਲੀਕ ਹੋ ਗਈ। ਪਾਚ ਇਹਨਾਂ ਨੇ ਕਿਹਾ ਸੀ ਕਿ ਪਣੀ ਮੈਂ ਕਿੰਨਾ ਇਨਾਮ ਦਿਆਂਗਾ ਜਿਹੜਾ ਮੈਨੂੰ ਇਹ ਦੱਸੇਗਾ ਇਹਦੀ ਵੀਡੀਓ ਕਿਹਨੇ ਲੀਕ ਕੀਤੀ। ਕੀ ਗੱਲ ਹੈ ਕੀ ਹੋ ਰਿਹਾ ਹੈ? ਗਰੇਸ ਕਹਿੰਦਾ ਹੈ ਕਿ ਡਾਲਰਾਂ ਦੀ ਖਾਤਰ ਕੁਝ ਵੀ ਕਰ ਦੇਣਗੇ। ਇਹ ਲੋਕ ਸਾਬਤ ਕਰ ਰਹੇ ਨੇ। 8 ਮਿਲੀ ਤੋਂ ਜ਼ਿਆਦਾ ਇਹਦੀ ਵੀਵਰਸ਼ਿਪ। ਉਹ ਭਾਜੀ 8 ਕਰੋੜ ਮਿਲੀ ਹੋ ਜਾਣ ਮਿਲਿਆ ਨਾ ਬੇਗੈਰਤੀ ਸਖਰੀ ਜੇ ਆਪਣੀ نسل ਨੂੰ। ਕੀ ਸਖਾ ਰਹੇ ਹੋ ਤੁਸੀਂ? ਗੰਦ ਸਖਾ ਰਹੇ ਹੋ। بیوی ਦੀ ਨੰਗੀ ਵੀਡੀਓ ਐ ਮੇਰੀ ਗੱਲ ਸੁਣੋ। ਲੱਗ ਰਹੀ ਹੈ ਤਾਂ ਕਹ ਰਿਹਾ ਜਿਹੜਾ ਦੱਸੇਗਾ ਜਿੰਨੇ ਕੀਤੀ ਮੈਂਨੇ ਲੱਖੇ ਨਾਮ ਦਿਆਂਗਾ। ਓਏ ਇਹੋ ਜੇ ਸਟੰਟ ਜ਼ ਇਹੋ ਜਿਹਾ ਵੀਵਰਸ਼ਿਪ ਦੇ ਉੱਤੇ ਅਸਲਾਮੁਅਲੈਕੁਮ ਤੁਸੀਂ ਵੇਖ ਰਹੇ ਹੋ ਸ਼ਾਨ ਪਾਕਿਸਤਾਨ ਤੇ ਮੈਂ ਤੁਹਾਡਾ ਦੇਸੀ ਐਂਕਰ ਜ਼ਾਹਿਦ ਖਾਨ ਡੱਕੀ ਭਾਈ ਜਿਹਨੂੰ ਪੂਰੀ ਦੁਨੀਆ ਜਾਣਦੀ ਜਮਨਾਲ ਬੱਚਾ ਵੀ ਜਾਣਦਾ ਜਿਨੇ ਉਹਦੇ ਫੈਨ ਫਾਲੋਅਰ ਨੇ ਠੀਕ ਹੈ ਨਾ ਉਹ ਜੋ ਕਰਦਾ ਦੁਨੀਆ ਪਾਗਲਾ ਤੜਾ ਵੇਖਦੀ ਪਤਨੀ ਡੱਕੀ ਕੀ ਕਰਦਾ ਅੱਲਾ ਜਾਣਦਾ لیکن ਉਹਦੀ ਫੈਨ ਫੋਲਿੰਗ ਬਹੁਤ ਨੇ ਉਹਦੀ ਬੁੱਢੀ ਨੂੰ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਕਿ ਉਹਦੀ ਬੁੱਢੀ ਨੇ ਹੱਥ ਬੰਦੂਕ ਫੜ ਕੇ ਤਸਵੀਰ ਖਿਚਵਾਈ ਤੇ ਉਹ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਤੇ ਉਹ ਦੋਵੇਂ ਗ੍ਰਿਫਤਾਰ ਹੋ ਗਏ ਸਾਹਦੇ ਨਾਲ ਬੈਠੇ ਨੇ ਸੀਨੀਅਰ ਤਜਵੀਆ ਨਗਾਰ ਸੈਦ ਫਰਕਾਨ ਸ਼ਾਹ ਸਾਹਿਬ ਇਹਨਾਂ ਨੂੰ ਪੁੱਛਦੇ ਆ ਕਿ ਇੱਕ ਬੰਦੂਕ ਦੀ ਤਸਵੀਰ ਫੜਨ ਨਾਲ ਕਿਹ ਗ੍ਰਿਫਤਾਰੀ ਹੋਣੀ ਚਾਹੀਦੀ ਜਾਂ ਜਿਹੜੇ ਗ੍ਰਿਫਤਾਰ ਹੋਏ ਨੇ ਡੱਕੀ ਭਾਈ ਤੇ ਉਹਦੀ ਬੁੱਢੀ ਸਹੀ ਹੋਏ ਨੇ ਤੇ ਇਹਨਾਂ ਨਾਲ ਗੱਲ ਕਰਦੇ ਆ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਭਾਜੀ ਕੀ ਹਾਲ ਨੇ ਸ਼ੁਕਰ ਹੈ ਮੇਰੇ ਨੱਕੀ ਭਾਈ ਨੂੰ ਜਾਣਦੇ ਹੋ ਹਾਂ ਜੀ ਸੁਣਿਆ ਹੈ ਕਿ ਬੜਾ ਕੋਈ ਪਿੱਛੇ ਤੇ ਬੰਦਾ ਵੀ ਅਗਵਾ ਕੀਤਾ ਸੀ ਕੋਈ ਇਹ ਲੋਕਾਂ ਨੂੰ ਜੁਰਮ ਦੀ ਤਰਗੀਬ ਦੇ ਰਿਹਾ ਮੈਂ ਮੈਂ ਇਹ ਨਾ ਜਾਣਦਾ ਉਹ ਤੇ ਸਟੈਂਡ ਕੀਤਾ ਸੀ ਰਜਬ ਨਾ ਤੇ ਉਹਦਾਂ ਮਿਲ ਕੇ ਇੱਕ ਸਟੈਂਡ ਕੀਤਾ ਸੀ ਉਸ ਸਟੈਂਟ ਦੇ ਭਾਜੀ ਕੀ ਕਰਦੇ ਪਏ ਲੋਕਾਂ ਦੇ ਬਾਲਾਂ ਨੂੰ ਉਹਨਾਂ ਨੇ ਤਰਗੀਬ ਦਿੱਤੀ ਸੀ ਕਿ ਅੰਜ ਅਗਵਾ ਬਰਾਤਵਾਨ ਕਰੋ ਸੀਨੀਅਰ ਕ੍ਰਾਈਮ ਹੈ دہشت ਗਰਦੀ ਕੋਲ ਟ੍ਰਾਇਲ ਹੁੰਦਾ ਹੈ ਦਾ ਅੱਛਾ ਇਹ ਵੀ ਗੱਲ ਦੱਸਦਾ ਕਿ ਇਹ ਜਿਹੜਾ ਸਟੈਂਡ ਹੈ ਨਾ ਕਈ ਇਹਨਾਂ ਜਿਹੜੇ ਬੱਚੇ ਨੇ ਨਾ ਕਿ 12 14 ਸਾਲ ਦੇ ਉਹਨਾਂ ਨੇ ਸਮਝਿਆ ਕਿ ਵਾਕਿਆ ਇੰਜ ਹੀ ਆ ਉਹ ਲੋਕਾਂ ਨੂੰ ਗਲਤ ਤਰਬੀਅਤ ਦੇ ਰਹੇ ਨੇ ਨਾ ਉਠੀ ਤਰਬੀਅਤ ਦੇਣੀ ਕਿਸੇ ਦੀ ਔਲਾਦ ਨੂੰ ਬਜਾਏ ਕਿ ਸਿੱਧੇ ਰਸਤੇ ਪਾਣਾ ਕਿ ਬੇਟਾ ਕੰਮ ਕਰੋ ਨਾ ਕਿ ਉਹਨਾਂ ਨੂੰ ਚੋਰੀ ਚਕਾਰੀ ਨਾਲ ਧਿਆਨ ਪਾਣਾ ਇਹ ਤੇ ਅਗਵਾ ਜੁਰਮ ਦੱਸਵਾ ਨਾ ترغیب ਤੇ ਜੁਰਮ ਦੀ ਦੇ ਰਹੇ ਨੇ ਕਿ ਉਹਨੂੰ ਨਮਾਜ਼ ਦਾ ਤਰੀਕਾ ਦੱਸਿਆ ਉਹਨੇ ਕਿ ਹਕੂਕੁਲ ਇਬਾਦ ਦਾ ਤਰੀਕਾ ਦੱਸਿਆ ਉਹਨੇ ਕੀ ਦੱਸਿਆ ਉਹਦੇ ਚ ਜੁਰਮ ਦੀ ਤਰਗੀਬ ਦਿੱਤੀ ਹੈ ਨਾ ਜੁਰਮ ਦੀ ਤਰਗੀਬ ਤੇ ਗਲਤ ਗੱਲ ਹੈ ਘਟਿਆ ਗੱਲ ਦੂਸਰੀ ਨਵੀਂ ਜਿਹੜੀ ਗੱਲ ਹੈ ਉਹ ਵੇਖ ਲਵੋ ਕਿ ਪਿਸਤੌਲ ਵਾਲੀ ਜਿਹੜੀ ਤੁਸੀਂ ਦੱਸ ਰਹੇ ਬੰਦੂਕ ਵਾਲੀ ਤਸਵੀਰ ਖਿੱਚੀ ਗਈ ਉਹ ਉਹ ਤਸਵੀਰ ਖਿੱਚੋ ਘਰ ਚ ਖਿੱਚੀ ਜਾਓ ਖਾ ਤੁਸੀਂ ਜਦੋਂ ਲੋਕਾਂ ਦੇ ਬੱਚਿਆਂ ਨੂੰ ਇਹ ਤਸਵੀਰ ਪਹੁੰਚਾਓਗੇ ਤੇ ਇਹਦਾ ਕੀ ਮੈਸੇਜ ਦੇ ਰਹੇ ਹੋ ਅੱਛੀ ਗੱਲ ਲੋਕੀ ਉਹਦੀ ਗੱਲ ਨੂੰ ਚੰਗੀ ਸਮਝਦੇ ਨੇ ਨਾ ਆਹੋ ਬਿਲਕੁਲ ਠੀਕ ਹੈ ਪੋਜ਼ਿਟਿਵ ਸਮਝਦੇ ਨੇ ਨੌਜਵਾਨ نسل ਹੈ ਉਹਨੂੰ ਤੁਸੀਂ ਉਹ ਆਏ ਲੋਕ ਤੇ ਪੁੱਠੀ ਤਰਕੀਬ ਦੇ ਰਹੇ ਨੇ ਪੁੱਠੀ ਇਹਨੂੰ ਕਹਿੰਦੇ ਨੇ ਪੰਜਾਬੀ ਚ ਪੁੱਠੀ ਮਤ ਦੇ ਰਹੇ ਨੇ ਪੁੱਠੀ ਅੱਛਾ ਸਭ ਤੋਂ ਮਜ਼ੇਦਾਰ ਗੱਲ ਪਲਾ ਵਿੱਚ ਕੀ ਹੈਗੀ ਕਿ ਇਹ ਜਦੋਂ ਫੜੇ ਗਏ ਨੇ ਤੇ ਡੱਕੀ ਸਾਰਾ ਕੇਸ ਆਪਣੀ ਬੁੱਢੀ ਤੇ ਪਾ ਰਿਆ ਇੱਥੇ ਤੇ ਇੱਕੋ ਹੀ ਲਫ਼ਜ਼ ਬੰਦਾ ਫਿਰ ਨੀ ਕੁ ਅਸੀਂ ਗੱਲ ਨਾ ਕਰਨਾ ਤੁਹਾਡੀ ਮਿਹਰਬਾਨੀ ਫੈਮਲੀ ਨੇ ਮੇਰੀ ਫੈਮਲੀਆਂ ਵੇਖ ਰਹੀਆਂ ਨੇ ਬਸ ਫਿਰ ਇਸ਼ਾਰਾ ਕਰਦੇ ਆ ਬਸ ਔਰਤ ਦਾ ਮਰਦ ਪ੍ਰੋਟੈਕਟਰ ਹੈ ਬਿਲਕੁਲ ਠੀਕ ਹੈ ਬਿਲਕੁਲ ਮਰਦ ਤੇ ਬੰਬ ਪਾਉਂਦੇ ਹੁੰਦਾ ਤੇ ਆਪਣੀ بیوی ਨੂੰ ਖਾਨਦਾਨੀ ਤੇ ਨਸਲੀ ਲੋਕ ਬਚਾਉਂਦੇ ਨੇ ਮੈਂ ਇਸ ਤੋਂ ਅੱਗੇ ਨਹੀਂ ਕੁਝ ਕਹਿ ਸਕਦਾ ਅਗਾਂ ਲੋਕੀ ਆਪੇ ਸਮਝ ਜਾਣਗੇ ਅੱਛਾ ਇੱਕ ਗੱਲ ਹੋਰ ਵੀ ਇੱਕ ਅੱਜ ਤੋਂ ਕੁਝ ਅਰਸਾ ਪਹਿਲੇ ਅ ਡੱਕੀ ਜਿਹੜਾ ਹੈ ਐਦੀ ਬੁੱਢੀ ਦੀ ਗੰਦੀ ਵੀਡੀਓ ਲੀਕ ਹੋ ਗਈ ਸੀ ਤਬਾ استغفار ਤੇ ਬਾਅਦ ਚ ਡੱਕੀ ਨੇ ਕਿਹਾ ਸੀ ਕਿ ਪਣੀ ਮੈਂ ਕਿੰਨਾ ਇਨਾਮ ਦਿਆਂਗਾ ਜਿਹੜਾ ਮੈਨੂੰ ਇਹ ਦੱਸੇਗਾ ਇਹਦੀ ਵੀਡੀਓ ਕਹਨੇ ਲੀਕ ਕੀਤੀ ਕੀ ਗੱਲ ਹੈ ਕੀ ਹੋ ਰਿਹਾ ਹੈ ਇਹ ਸਟੇਜ ਡਰਾਮਾ ਵੇਖਿਆ ਕਦੀ ਹਾਂਜੀ ਭਾਜੀ ਉਹਦੇ ਵਿੱਚ ਪਹਿਲੇ ਹੀ ਰਵਨਾ ਸ਼ੌਹਰਤ ਲੈਣ ਲਈ ਤੇ ਅਜੀਬੋ ਗਰੀਬ ਕਰ ਦਿੰਦੀਆਂ ਸਨ ਬੇਲਬਾਸ ਹੋ ਜਾਂਦੀਆਂ ਸਨ ਹਾਂ ਯਾ ਸੰਯਾਦ ਹੈ ਕੋਈ ਹਾਂਜੀ ਹੋ ਜਾਂਦਾ ਸੀ ਕਿ ਮੈਂ ਨਾਂ ਲੈ ਦਿਆਂ ਫਿਰ ਨਹੀਂ ਭਾਜੀ ਤੁਹਾਡੀ ਮਿਹਰਬਾਨੀ ਅੱਛਾ ਤੇ ਇਹ ਉਹੀ ਕੰਮ ਹੈ ਸਸਤੀ ਸ਼ੌਹਰਤ ਲੈਣ ਲਈ ਨਾ ਉਹ ਜੋ ਕਹਿੰਦੇ ਨੇ ਨਾ ਕਿ ਅੰਗਰੇਜ਼ ਕਹਿੰਦਾ ਕਿ ਡਾਲਰਾਂ ਦੀ ਖਾਤਰ ਕੁਝ ਵੀ ਕਰ ਦੇਣਗੇ ਇਹ ਲੋਕ ਸਾਬਤ ਕਰ ਰਹੇ ਨੇ ਇਹ ਉਹਨਾਂ ਦੀ ਗੱਲ ਨੂੰ ਸੱਚੀ ਸਾਬਤ ਕਰ ਰਹੇ ਨੇ ਉਹ ਯਾਰ بیوی ਦੀ ਤਸਵੀਰ ਵੀਡੀਓ ਕਿਸੇ ਉਹਨਾਂ ਮੈਂ ਯਾਰ ਕੀ ਕਹਾਂ ਯਾਰ ਮੈਨੂੰ ਗੁੱਸਾ ਆ ਜਾ ਗਿਆ ਤੁਸੀਂ ਦੇਖੋ ਨਾ ਆ ਬੀਵੀ ਦੀ ਤਸਵੀਰ ਵੀਡੀਓ ਇਹ ਵਾਇਰਲ ਕਿਨੇ ਕੀਤੀ ਤੂੰ ਇਹਦਾ ਮਤਲਬ ਕਈ ਲੋਕਾਂ 'ਚ ਵੰਡੀ ਏ ਕੋਈ ਵੀ ਖਾਨਦਾਨੀ ਗੈਰਤ ਗੈਰਤਮੰਦ ਬਰਦ ਆਪਣੀ ਬੀਵੀ ਦੀ ਤਸਵੀਰ ਵੀਡੀਓ ਵੀਡੀਓ ਜਾਂ ਤਸਵੀਰ ਦੀ ਵੀਡੀਓ ਪ੍ਰਾਪਰ ਲੀਕ ਹੋਈ ਹੈ ਥੋੜੀ ਗੰਦੀ ਜਾਂ ਬਹੁਤੀ ਗੰਦੀ ਇਹਦਾ ਸਵਾਲ ਨਹੀਂ ਹੈਗਾ ਨਹੀਂ ਹੈਗਾ ਉਹਨੂੰ ਉਹ ਲਾ ਰਿਹਾ ਤੇ ਇਹ ਕੋਈ ਗੈਰਤਮੰਦ ਬੰਦੇ ਦਾ ਕੰਮ ਹੈ ਤੇ ਲੋਕੀ ਉਹ ਨੂੰ ਆਪਣਾ ਰੋਡ ਮਾਡਲ ਬਣਾ ਰਹੇ ਨੇ ਤੇ ਇਹ ਕਸੂਰ ਤੇ ਮਾਪਿਓ ਦਾ ਜਿਨ੍ਹਾਂ ਨੂੰ ਬੱਚੇ ਜਿਹੜੇ ਬੱਚੇ ਨੂੰ ਪੁੱਛਦੇ ਨਹੀਂ ਕਿ ਰਾਤ ਨੂੰ ਤੂੰ ਵੀਡੀਓ ਆਪਣੇ ਮੋਬਾਈਲ ਤੇ ਵੇਖਦਾ ਕਿੰਨੂੰ ਪਿਆ 8 ਮਿਲੀਅਨ ਤੋਂ ਜ਼ਿਆਦਾ ਇਹਦੀ ਵੀਵਰਸ਼ਿਪ ਉਹ ਭਾਜੀ 8 ਕਰੋੜ ਮਿਲੀਅਨ ਹੋ ਜਾਣ ਮਿਲੀਅਨ ਬਿਗਰਤੀ ਸਖਰੀ ਜੇ ਆਪਣੀ نسل ਨੂੰ ਕੀ ਸਖਾ ਰਹੇ ਹੋ ਤੁਸੀਂ ਗੰਦ ਸਖਾ ਰਹੇ ਹੋ ਦੋ ਯੂਟਿਊਬਰ ਨੇ ਪਾਕਿਸਤਾਨ ਦੇ ਹਿੱਟ ਰਜਬ ਤੇ ਡੱਕੀ ਰਜਬ ਦਾ ਪਿਛਲੇ ਦਿਨ ਇੱਕ ਮੁੰਡਿਆ ਤੇ ਮੈਂ ਦੋ ਮੁੰਡਿਆਂ ਦੇ ਬਿਆਨ ਨੂੰ ਛੱਡੋ ਲੜਾਈ ਝਗੜਾ ਤੇ ਮਰਦਾ ਦੀ ਗੱਲ ਜਿਹੜੀ ਉਹ ਗੰਦੀਆਂ ਗਲੀਜ਼ ਗਾਲਾਂ ਕੱਢਦਾ ਰਾਤ ਨੂੰ ਲਾਈਵ ਬਹਿ ਕੇ ਲਾਈਵ ਟਿੱਕਟ ਉਹ ਖਾਨਦਾਨੀ ਬੰਦੇ ਦਾ ਉਹ ਲੋਕਾਂ ਦੀ ਅਸੀਂ ਕੀ ਤਰਬੀਅਤ ਕਰ ਰਹੇ ਆ ਆਪਣੀ نسل ਦੀ ਐ ਤੇ ਕਸੂਰ ਮਾਪਿਓ ਦਾ ਉਹਨਾਂ ਲੋਕਾਂ ਦਾ ਜਿਨ੍ਹਾਂ ਨੂੰ ਅਗਰ ਪਤਾ ਹੈ ਕਿ ਬੱਚਾ ਰਾਤ ਨੂੰ ਕੀ ਕਰ ਰਿਹਾ ਹੈ ਸਮੇਵਾਰ ਮਾਪਿਓ ਤੇ ਬੱਚੇ ਨੂੰ میٹرਕ ਤੱਕ ਮੋਬਾਈਲ ਲੈ ਕੇ ਨਹੀਂ ਦਿੰਦੇ ਜੇ ਲੈ ਕੇ ਦਿੰਦੇ ਨੇ ਤੇ ਰਾਤ ਨੂੰ ਖੋ ਲੈਂਦੇ ਨੇ ਕਹਿੰਦੇ ਨੇ ਪੁੱਤਰ ਟਾਈਮ ਨਾਲ ਸੌਂ ਫੱਜਰ ਵੇਲੇ ਉੱਠ ਜਿਹੜਾ 3 ਵਜੇ ਤੱਕ 4 ਵਜੇ ਤੱਕ ਇਹਦਾ ਲਾਈਵ ਦੇਖੇਗਾ ਉਹਨੇ ਖੇਤ ਤੇ ਸਵਾ ਸੌਣਾ ਉਥੇ ਬੇੜਾ ਕਰ ਕਰ ਰਹੇ ਨੇ ਨਸਲ ਦਾ ਇਹਦੇ ਲਈ ਤੇ ਮੈਂ ਕਵਾਂਗਾ ਕਿ ਜਿਹੜੀ ਮੁਕੰਨਨਾ ਨੇ ਨਾ ਲੈਜਿਸਲੇਟਰ ਸਾਡੇ ਅਸੈਂਬਲੀ ਜਿਹੜੇ ਕਾਨੂੰਨ ਬਣਾਉਂਦੇ ਨੇ ਉਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਜਿਹੜਾ ਇਹੋ ਜੀ ਵੀਡੀਓ ਲਾਵੇ ਉਹਨੂੰ مسلسل ਪਾਬੰਦ ਕਰ ਦੇਣ ਜਿਹੜਾ ਕੋਈ ਇੱਕ ਵਾਰੀ ਜਿਹਦੇ ਕੋਲ ਪਹਿਲੀ ਲੱਗ ਜਾਏ ਨਾ ਉਹਨੂੰ ਮਾਫੀ ਵੀ ਦੇ ਦੇਣ ਉਹਦੂ ਲੇਕਿਨ 2 3 4 6 ਮਹੀਨੇ ਲਈ ਬੈਨ ਕਰ ਦੇਣ ਉਹ ਨਵੀਂ ਵੀਡੀਓ ਨਾ ਲਾਵੇ ਇਹਨਾਂ ਨੂੰ ਆਟੇ ਦਾਲ ਦਾ ਭਾਅ ਪਤਾ ਲੱਗ ਜਾਏਗਾ ਇਸ ਟਾਈਮ ਪਾਕਿਸਤਾਨ ਦੀ ਨੌਜਵਾਨ نسل ਇਹ ਕਿਸੇ ਇਸਲਾਮੀ ਜਾਂ دینی ਬੰਦੇ ਦੇ ਹੱਥ ਚ ਨਹੀਂ ਹੈਗੀ ਤੁਸੀਂ ਵੀ ਇਸ ਗੱਲ ਇਤਫਾਕ ਕਰੋਗੇ ਕਿ ਸਾਡੀ ਨੌਜਵਾਨ نسل ਰਜਵਟ ਤੇ ਡੱਕੀ ਪਾਈ ਦੇ ਹੱਥ ਚ ਹੈਗੀ ਜਿੰਨੀ ਦੀ ਵੀਵਰ ਚ ਪੈਗੀ ਤੇ ਇਹਨਾਂ ਦੋਵਾਂ ਤੇ ਜ਼ਿੰਮੇਵਾਰੀ ਹੈ ਇਹ ਜਦੋਂ ਮਰ ਜਾਣਗੇ ਨਾ ਤੇ ਉਦੋਂ ਰੱਬ ਵੀ ਇਹਨਾਂਗੇ ਸਵਾਲ ਕਰੇਗਾ ਕਿ ਦੁਨੀਆ ਤੁਹਾਡੇ ਕੋਲੋਂ ਸਬਕ ਸਿੱਖ ਰਹੀ ਸੀ ਤੁਸੀਂ ਉਹਨਾਂ ਨੂੰ ਫੌਜੀ ਹਮਾਇਤ ਦੀ ਤਰਗੀਬ ਦੇ ਰਹੇ ਹੋ ਤੁਸੀਂ ਏਡਾਰਿਆਂ ਦੀ ਹਮਾਇਤ ਦੀ ਤਰਗੀਬ ਦੇ ਰਹੇ ਹੋ ਕਿ ਬਦਮਾਸ਼ੀ ਸਿਖਾ ਰਹੇ ਹੋ ਅਗਵਾ ਬਰਾਏ ਤਵਾਨ ਦੇ ਤਰੀਕੇ ਸਿਖਾ ਰਹੇ ਹੋ ਅਸਲੇ ਦੀ ਅਸਲੇ ਨਾਲ ਬਿਲਕੁਲ ਅਸਲਾ ਚੁਕਣਾ ਚਾਹੀਦਾ ਜਦੋਂ ਤੁਹਾਡੇ ਦੀਨ ਦਾ ਮਸਲਾ ਹੋਵੇ ਜਦੋਂ ਤੁਹਾਡੇ ਮੁਲਕ ਦਾ ਮਸਲਾ ਹੋਵੇ ਜਦੋਂ ਤੁਹਾਡੀ ਕੌਮ ਦਾ ਮਸਲਾ ਹੋਵੇ ਇਸ ਤਰ੍ਹਾਂ ਵਾਰਦਾਤਾਂ ਲਈ ਅਸਲਾ ਚੁਕਾ ਰਹੇ ਹੋ ਤੁਸੀਂ ਸਾਜ਼ਿਸ਼ ਹੋ ਸਕਦੇ ਕਿਸੇ ਗੈਰ ਮੁਲਕੀ ਤਾਕਤ ਦੀ ਕਿ ਪਾਕਿਸਤਾਨ ਦੀ ਮਸਤਕਬਲ ਤਬਾਹ ਕਰ ਦੋ ਤੇ ਐ ਸਾਜ਼ਿਸ਼ ਇਹ ਤੋਂ ਹੋਰ ਕੀ ਹੈ ਸਾਡੇ ਮੁਲਕ ਜਿੱਡਾ ਸਸਤਾ ਇੰਟਰਨੈਟ ਹੈ ਆਲ ਓਵਰ ਦੀ ਵਰਲਡ ਹੈ ਨਾ ਸਸਤਾ ਕਿੱਥੇ ਹੈਗਾ ਜੇ ਜਿਨ੍ਹਾਂ ਨੇ ਇਜਾਦ ਕੀਤਾ ਐਨਾ ਸਸਤਾ ਤੇ ਉੱਥੇ ਵੀ ਨਹੀਂ ਹੈ ਇਹ ਕੀ ਹੋ ਰਿਹਾ ਸਾਡੀ ਕਾਮ ਜਿਸ ਦਿਨ ਦਾ ਇੰਟਰਨੈਟ ਆਇਆ ਨਾ ਸੋਸ਼ਲ ਮੀਡੀਆ ਸ਼ੁਰੂ ਹੋਇਆ ਉਸ ਦਿਨ ਦੀ ਨੌਜਵਾਨ نسل ਦੀ ਕੋਈ ਐਕਟੀਵਿਟੀ ਦੇਖੀ ਹੈ ਉਹ ਜਿਮ ਸ਼ੇਮ ਚੋਂ ਰਸ਼ ਵੇਖਦੇ ਹੋ ਤੁਸੀਂ ਕੋਈ ਬਹੁਤ ਘੱਟ ਹੈ ਅੱਛਾ ਤੁਸੀਂ ਡੱਕੀ ਨਾਲ ਕੋਈ ਜਾਤੀ ਦੁਸ਼ਮਣੀ ਤੁਹਾਡੀ ਤੁਸੀਂ ਇਹਨੂੰ ਗੁੱਸੇ ਚੋ ਯਾਰ ਗੁੱਸੇ ਵਾਲੀ ਗੱਲ ਨਹੀਂ ਹੈ ਜੀ ਸਾਡੀ ਨਸਲ ਤਬਾਹ ਕਰਦਾ ਪਿਆ ਸਾਡੀ ਆਨ ਵਾਲੀ ਜਨਰੇਸ਼ਨ ਇਹ ਪਾਕਿਸਤਾਨੀ ਬੌਰ ਨੇ ਕਿ ਬਾਹਰ ਦਾ ਇਹ तकरीबन ਹੈ ਬਾਹਰ ਦਾ ਹੀ ਬਾਹਰ ਦੀ ਬੌਰ ਨੇ ਨਾ ਇਹ ਉਥੋਂ ਦਾ ਕਲਚਰ ਇੱਥੇ ਨਾ ਨਾ ਚਲਾਵੇ بیوی ਦੀ ਨੰਗੀ ਵੀਡੀਓ ਐ ਮੇਰੀ ਗੱਲ ਸੁਣੋ ਭੈੜੀ ਵੀਡੀਓ ਗਲਤ ਲਫ਼ਜ਼ ਨਿਕਲ ਗਿਆ ਨੰਗੀ ਵੀਡੀਓ ਕਿ ਜੈਸੀ ਵੀ ਗਲਵਲਗਰ ਵੀਡੀਓ ਲੱਗ ਰਹੀ ਹੈ ਤਾਂ ਕਹ ਰਿਹਾ ਜਿਹੜਾ ਦੱਸੇਗਾ ਜਿੰਨੇ ਕੀਤੀ ਮੈਂ ਇਹਨੇ ਲੱਖੇ ਨਾਮ ਦਿਆਂਗਾ ਓਏ ਇਹੋ ਜੇ ਸਟੰਟ ਜ਼ਰੂਰ ਲੈ ਲੈਨੇ ਨੇ ਉਹ ਲਾਲਿਤ ਪਾਉ ਹੈ ਹੋਜੇ ਵੀਵਰਸ ਦੇ ਸ਼ਿਪ ਦੇ ਉੱਤੇ ਅੱਛਾ ਇਹ ਕੋਈ ਸਾਜ਼ਿਸ਼ ਤੇ ਨਹੀਂ ਕੀ ਪਾਕਿਸਤਾਨ ਦਾ ਮਸਤਕਬਲ ਜਿਹੜਾ ਬੱਚਿਆਂ ਨੂੰ ਖਰਾਬ ਕਰਨਾ ਸੀ ਭਈਆ ਯੂਟਿਊਬਰ ਦੇ ਜੋ ਤੁਸੀਂ ਕਰੋਗੇ ਮਸਤਕਬਲ ਉਹੀ ਕਰੇਗਾ ਤੇ ਐ ਹੋਰ ਕਿਵੇਂ ਹੋਏ 76 ਸਾਲ ਹੋ ਗਏ ਨੇ ਪਾਕਿਸਤਾਨ ਨੂੰ ਉਦੋਂ ਦਾ ਪਾਕਿਸਤਾਨ ਨੂੰ ਡੰਪ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਉਹਨਾਂ ਦੇ ਕਾਬੂ ਨਹੀਂ ਹੰਦੇ ਢੀਠ ਲੋਕ ਆ ਨਾ ਸੀ ਬੱਤੀ ਭੇਜ ਕੇ 4-4 ਘੰਟੇ ਸਾਨੂੰ ਉਹਨਾਂ ਨੇ ਮਜ਼ਬੂਤ ਕਰਤਾ ਗਰਮੀ ਬਰਦਾਸ਼ ਕਰਕੇ ਹਰ ਸਖਤੀ ਗਰਵੀ ਗਵਰਨਮੈਂਟ ਸਾਨੂੰ ਮਜ਼ਬੂਤ ਰੱਖ ਰਹੀ ਹੈ ਤੇ ਇਸ ਵਜ੍ਹਾ ਤੋਂ ਉਹਨਾਂ ਨੇ ਕਿਹਾ ਇਹ ਨਹੀਂ ਜੇ ਇੰਜ ਮਰ ਰਣਗੇ ਇਹਨਾਂ ਦੀ ਅਗਲੀ نسل ਤਬਾਹ ਕਰ ਦਿਓ ਤੇ ਹੋ ਰਹੀ ਹੈ ਇਹ ਕੀ ਕਰ ਰਹੇ ਨੇ ਵੀ ਲੌਗਰ ਅੱਛਾ ਮੈਸੇਜ ਦੇ ਰਹੇ ਨੇ ਕੋਈ ਪੋਜ਼ਿਟਿਵ ਮੈਸੇਜ ਦੇ ਰਹੇ ਨੇ ਕਿ ਨੌਜਵਾਨਾਂ ਨੂੰ ਮਿਹਨਤ ਮਜ਼ਦੂਰੀ ਦੀ ਦੱਸ ਰਹੇ ਨੇ ਮਿਹਨਤ ਕਰਕੇ ਤਰੱਕੀ ਕਰਨਾ ਦੱਸ ਰਹੇ ਨੇ ਕੰਮ ਕਰਨਾ ਦੱਸ ਰਹੇ ਨੇ ਉਹ ਦੇਖੋ ਨਾ ਰਜਬ ਬਾਟੇ ਉਹ ਆਪਣੀ ਸਿਸਟਰ ਨਾਲ ਵਲੋਗ ਬਣਾ ਰਿਹਾ ਤੇ ਉਹ ਜਿਹੜਾ ਡੱਕੀ ਹੈਗਾ ਉਹ ਆਪਣੀ بیوی ਨਾਲ ਬਣਾ ਰਿਹਾ ਫੈਮਿਲੀ ਦੇ ਉਪਨ ਹੋ ਰਹੀ ਨੇ ਯਾਰ ਇਹ ਇਸਲਾਮੀ ਕੰਟਰੀ ਏ ਇਹ ਮੁਸਲਮਾਨਾਂ ਦਾ ਮੁਲਕ ਏ ਇੱਥੇ ਐਸਾ ਕੰਮ ਨਹੀਂ ਸੂਟ ਕਰਦਾ ਆਣ ਵਾਲੀ ਜਿਹੜੀ ਬੱਚੀ ਜਵਾਨ ਹੋਏਗੀ ਜਾਂ ਬੱਚਾ ਜਵਾਨੇ ਕੋ ਭੈਣ ਭਰਾ ਹੋ ਤਾਂ ਕਹਿੰਗੇ ਹਾਂ ਇਕੱਠੇ ਮਿਲ ਕੇ ਵਲੋਗ ਕਰਦੇ ਹੈ ਉਹ ਅਜੀਬ ਚ ਹੈਗਾ ਜੇ ਦੇਖੋ ਨਾ ਮਹਿਰਮ ਨਾ ਮਹਿਰਮ ਇਸਲਾਮ ਚ ਦੱਸਿਆ ਗਿਆ ਹੈ ਕਿ ਸਾਕਾ ਭਰਾ ਪਿਓ ਵੀ ਬੇਟੀ ਦਾ ਨਹੀਂ ਬਹਿ ਸਕਦਾ ਨਾ ਤੇ ਥੋੜਾ ਜਿਹਾ ਨਾ ਯਾਰ ਜੋ ਸਾਡਾ دین ਕਹਿੰਦਾ ਹੈ ਜੋ ਸਾਡਾ ਮਜ਼ਹਬ ਕਹਿੰਦਾ ਹੈ ਜੋ ਸਾਡੀ ਜਿਹੜੀਆਂ ਕਦਰਾਂ ਨੇ ਇਸਲਾਮੀ ਜੋ ਸਾਡੇ ਮੁਲਕ ਦਾ ਮਾਹੌਲ ਹੈ ਉਹਦੇ ਮੁਤਾਬਕ ਕਰੋ ਤੇ ਨੌਜਵਾਨਾਂ ਨੂੰ ਮੋਟੀਵੇਟ ਕਰੋ ਨੌਜਵਾਨਾਂ ਨੂੰ ਦੱਸੋ ਕਿ ਯਾਰ ਇਹ ਜਾਇਜ਼ ਕੰਮ ਨੇ ਤਾਲੀਮ ਦੇ ਉੱਤੇ ਇਹ ਕੋਈ ਕੰਮ ਨਾ ਕਰਨ ਇਹਨਾਂ ਨੂੰ ਇੰਨੀ ਜ਼ਿਆਦਾ ਫੇਮ ਮਿਲ ਗਈ ਹੈ ਇਹ ਗਵਰਨਮੈਂਟ ਦੇ ਮਗਰ ਪੈ ਜਾਣ ਕਿ ਯਕਸਾ ਮਿਆਰੇ ਤਾਲੀਮ ਕਰੋ ਯਕਸਾ ਇੱਕ ਜਿਹਾ ਸਾ ਬੰਦਾ ਵਜ਼ੀਰ ਆਜ਼ਮ ਦਾ ਬੱਚਾ ਤੇ ਉਹਦੇ ਚਪੜਾ ਸੀ ਦਾ ਬੱਚਾ ਇੱਕ ਕੋਈ ਕਿਸਮ ਦੀ تعلیم ਹਾਸਲ ਕਰਨ ਇਹ ਵਾਲਾ ਜ਼ੋਰ ਕਿਉਂ ਨਹੀਂ ਦਿੰਦੇ ਮਸਬਤ ਗੱਲਾਂ ਕਰਨ ਨਾ ਅੱਛਾ ਇੱਕ ਹੋਰ ਪੰਜ ਭੈਣਾਂ ਨੇ ਉਹ ਸਿਸਟੋਲੋਜੀ ਮੈਂ ਪਿੰਡੂ ਆਦਮੀ ਨੂੰ ਨਾਮ ਵੀ ਨਹੀਂ ਆਉਂਦਾ ਤੇ ਪਿਓ ਨੇ ਵੱਖਰਾ ਚੈਨਲ ਬਣਾਇਆ ਤੇ ਪੰਜ ਭੈਣਾਂ ਨੇ ਵੱਖਰਾ ਚੈਨਲ ਬਣਾਇਆ ਕਿੱਧਰ ਜਾਈਏ ਉਹ ਜਿਹੜਾ ਮਰਜ਼ੀ ਜਿੰਨੇ ਮਰਜ਼ੀ ਚੈਨਲ ਬਣਾਵੇ ਇਹਦੇ ਤੇ ਬੁਰੀ ਗੱਲ ਕੋਈ ਨਹੀਂ ਹੈਗੀ ਲੇਕਿਨ ਆਪਣੀ ਜਿਹੜੀ نسل ਹੈ ਜੀ ਜੇ ਤੁਹਾਡੀ ਜਿਹੜੀ ਜਨਰੇਸ਼ਨ ਹੈ ਉਹਨੂੰ ਅੱਛਾ ਮੈਸੇਜ ਦਿਓ ਉਹਨੂੰ ਤਰੱਕੀ ਵਾਲੇ ਪਾਸੇ ਲਾਓ ਉਹਨੂੰ ਜੁਰਮਾਂ ਲਾ ਰਹੇ ਹੋ ਤੁਸੀਂ ਕ੍ਰਾਈਮ ਸਿਖਾ ਰਹੇ ਹੋ ਅਸਲੇ ਦੀ ਨਮਾਇਸ਼ ਸਿਖਾ ਰਹੇ ਹੋ ਉਸ ਤੋਂ ਬਾਅਦ ਕੱਲ ਨੂੰ ਪੱਕੇ ਸਿਗਰਟ ਲਾ ਕੇ ਪਿਆਣਗੇ ਗੰਦੀਆਂ ਗਾਲਾਂ ਕੱਢਣਗੇ ਇਸ ਤੋਂ ਉੱਤੇ ਹੋਰ ਉਹਨਾਂ ਨੂੰ ਉਹ ਕੋਈ ਚਾਹੀਦੀ ਸ਼ੈ ਸਿਖਾਓ ਯਾਰ ਉਹਨਾਂ ਨੂੰ ਤਾਲੀਮ ਦੀ ਅਹਿਮੀਅਤ ਦੱਸੋ ਕਿ ਤਾਲੀਮ ਕੀ ਚੀਜ਼ ਹੁੰਦੀ ਹੈ ਤਾਲੀਮ ਦੇ ਬਾਰੇ ਇਹਨਾਂ ਕਦੀ ਦੱਸਿਆ ਕਿਸੇ ਨੇ ਨਹੀਂ ਭਾਜੀ ਠੀਕ ਹੈ ਕਿਸੇ ਨੇ ਇਹ ਦੱਸਿਆ ਫਿਟਨੈਸ ਦੇ ਬਾਰੇ ਕਿ ਸਿਹਤ ਬਣਾਓ ਯਾਰ ਖਾਓ ਪੀਓ ਸੌਵੋ ਨਾ ਉਹ ਮੁਲਕ ਲਈ ਕੁਝ ਕਰੋ ਉਹ ਇਸ ਮੁਲਕ ਦੇ ਬਾਰੇ ਸੋਚੋ ਪਿੱਛੇ ਤੋਂ ਪਿੱਛੇ ਜਾ ਰਹੇ ਅਸੀਂ ਮੁਲਕ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰੋ ਤਾਡੀ ਹੁਣ ਡੱਕੀ ਤੇ ਉਹਦੀ ਬੀਬੀ ਨਾਲ ਕਿੰਨੀ ਖਮਦਰਦੀ ਹੈ ਜੇ ਉਹ ਸਾਡੀ ਕੌਮ ਨੂੰ ਤਬਾਹ ਕਰ ਰਹੇ ਨੇ ਮੇਰੇ ਤੇ ਉਹ ਦੁਸ਼ਮਣ ਹੋਏ ਉਹ ਕੋਈ ਵੀ ਹੋਏਗਾ ਤੁਸੀਂ ਇਹ ਨਹੀਂ ਕਿ ਉਹ ਕੋਈ ਇਹਨਾਂ ਨੂੰ ਛੱਡਦਾ ਜਾਵੇ ਨਹੀਂ ਵਾਰਨਿੰਗ ਦਿੱਤੀ ਜਾਵੇ ਤੇ ਇਹਨਾਂ ਤੇ ਇੱਕ ਟਾਈਮ ਲਿਮਿਟ ਦਿੱਤੀ ਜਾਵੇ ਹੁਣ ਐਨਾ ਅਰਸਾ ਤੁਸੀਂ ਆਪਣੀ ਕੋਈ ਵੀਡੀਓ ਨਹੀਂ ਅਪਲੋਡ ਕਰ ਸਕਦੇ ਸਜ਼ਾ ਦਿੱਤੀ ਜਾਵੇ ਇਸ ਟਾਈਪ ਦੀ ਹਰ ਯੂਟਿਊਬਰ ਨੂੰ ਹਰ ਹਰ ਇੱਕ ਨੂੰ ਦਿੱਤੀ ਜਾਵੇ ਤੁਸੀਂ ਗਲਤ ਕਰੋ ਤੁਹਾਡੇ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ ਭਾਜੀ ਮੈਂ ਤੁਹਾਨੂੰ ਕੀ ਕਿਹਾ ਨਹੀਂ ਅਗਰ ਕਰੋਗੇ ਤੇ ਲੱਗਣੀ ਚਾਹੀਦੀ ਹੈ ਕਿ ਮੈਂ ਜਿਹੜਾ ਵੀ ਕਰਿਓ ਤੇ ਲਗਣੀ ਚਾਹੀਦੀ ਐ ਮੈਂ ਗਲਤ ਬੋਲ ਰਹਾ ਮੇਰੀ ਵਜ੍ਹਾ ਤੋਂ ਕੌਮ ਗੁਮਰਾ ਹੋ ਰਹੀ ਐ ਮੇਰੇ ਤੇ ਮੁਸਤਕਿਲ ਪਾਬੰਦੀ ਲਾ ਦਿਓ ਤੁਹਾਨੂੰ ਤੁਹਾਡੇ ਤੇ ਚੈਨਲ ਵੀ ਨਹੀਂ ਆਗਾ ਤੁਸੀਂ ਤੇ ਸ਼ੋਰਤ ਅਸੀਂ ਕੁਝ ਨਹੀਂ ਕਰਦੇ ਤਾਂ ਜੇ ਤੁਸੀਂ ਸਾਰੀ ਗੱਲਾਂ ਕਰਦੇ ਹੋ ਉਹ ਨਹੀਂ ਮੈਨੂੰ ਚੈਨਲ ਬਣਾਣਾ ਹੋਏਗਾ ਤੇ ਬਣਾਵਾਂਗਾ ਲੇਕਿਨ ਮੇਰੇ ਚੈਨਲ ਤੋਂ ਮੁਸਬਤ ਗੱਲ ਜਾਏਗੀ ਜਿਹੜੇ ਚੈਨਲ ਤੇ ਮੈਂ ਇੰਟਰਵਿਊ ਦਿਆਂਗਾ ਜਿੰਨੂੰ ਮੈਂ ਕੋਈ ਗੱਲ ਦੱਸਾਂਗਾ ਮੁਸਬਤ ਦੱਸਾਂਗਾ ਕੌਮ ਦੀ ਬਰਬਾਦੀ ਵਾਲੀ ਗੱਲ ਨਹੀਂ ਮੈਂ ਦੱਸਾਂਗਾ ਤੇ ਨਾ ਮੈਨੂੰ ਐਦੀ ਕੋਈ ਜ਼ਰੂਰਤ ਹੈ ਹਾਂਜੀ ਬੰਦ ਕਰਤਾ ਚੰਗਾ ਕੀਤਾ ਨਹੀਂ ਤੇ ਮੈਂ ਤੁਹਾਡੇ ਤੇ ਪਰਚਾ ਕਰਾ ਦੇਣਾ ਮੈਂ ਇਹੋ ਜਿਹਾ ਬੋਲਾਂਗਾ ਉਹ ਮੈਂ ਤੁਹਾਨੂੰ ਕੀ ਕਿਹਾ ਤੁਸੀਂ ਤੁਹਾਡੇ ਚੈਨਲ ਤੇ ਹੀ ਹੋਏਗਾ ਯਾਰ ਤੁਸੀਂ ਐਡਾ ਗਲਤ ਇਸਤੇਮਾਲ ਕਰ ਰਹੇ ਹੋ YouTube ਦਾ ਉਹ ਭਾਜੀ ਮੈਂ ਕਿਦੋਂ ਕਰ ਰਿਹਾ ਤੁਸੀਂ ਤੁਹਾਡੇ ਹੀ ਭਰਾ ਨੇ ਨਾ ਯੂਟਿਊਬਰ ਸਾਰੇ ਉਹ ਭਾਜੀ ਜਿਹੜਾ ਵੀ ਮੇਰੇ ਜਿੰਨੇ ਵੀਵਰਸ਼ਿਪ ਨੇ ਜਿੰਨੇ ਪੂਰੀ ਦੁਨੀਆ ਵੇਖਣੀ ਨੇ ਜਿਹੜਾ ਜਿਹੜਾ ਗੰਦਾ ਕੰਟੈਂਟ ਬਣਾਉਂਦਾ ਭਾਜੀ ਉਹਨਾਂ ਨੂੰ ਬਲਾਕ ਕਰ ਦਿਓ ਹਾਂ ਮੈਂ ਕਹਨਾ ਮੇਰੇ ਕੋਲ ਜੋ ਮੈਂ ਤੇ ਬਸ 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 ਇਹੋ ਹਾਂ ਨਹੀਂ ਗੰਦਾ ਤੁਸੀਂ ਤੁਸੀਂ ਜਾਣਦੇ ਮੈਂ شریف ਬੰਦਾ ਹਾਂਗਾ ਮੈਂ ਕਦੀ ਵੀ ਕੋ ਪੁੱਟੀ ਚ ਦੀ ਹਰਕਤ ਨਹੀਂ ਕੀਤੀ ਜਿਹੜੀ ਪਹਿਲੇ ਕੀਤੀ ਅੱਲਾ ਮੈਨੂੰ ਮਾਫ ਕਰ ਦੇ ਗੱਲ ਇਹ ਕਿ ਡੱਕੀ ਭਾਈ ਤੇ ਉਹਦੀ ਬੁੱਢੀ ਤੁਸੀਂ ਜੋ ਵੀ ਕੀਤਾ ਅਸੀਂ ਸਾਡੀਆਂ ਹਮਦਰਦੀਆਂ ਤੁਹਾਡੇ ਨਾਲ ਨੇ ਲੇਕਿਨ ਖੁਦਾ ਦਾ ਵਾਸਤਾ ਦੁਨੀਆ ਤੁਹਾਨੂੰ ਵੇਖ ਰਹੀ ਏ ਤੁਸੀਂ ਅੱਛਾ ਮੈਸੇਜ ਦਿਓ ਤੇ ਰਜਾਪੱਟ ਸਾਹਿਬ ਤੇ ਉਹ ਜਿਹੜੀ ਤੁਹਾਡੀ ਫੈਮਿਲੀ ਹੈਗੀ ਏ ਉਹ ਤੁਸੀਂ ਵੀ ਪਿਛਲੇ ਦਿਨਾਂ ਚ ਦੋ ਮੁੰਡਿਆਂ ਨਾਲ ਕੋ ਤਸ਼ੱਦਦ ਕੀਤਾ ਉਹਨਾਂ ਦੀ ਵੀਡੀਓ ਆਈ ਏ ਤੇ ਤੁਸੀਂ ਵੀ ਅੱਛਾ ਮੈਸੇਜ ਦਿਓ ਅੱਛੀ ਗੱਲ ਏ ਤੇ ਉਹ ਜਿਹੜੀ ਪੰਜ ਭੈਣਾਂ ਤੇ ਨਾਲ ਵਾਲਦ ਸਾਹਿਬ ਵੀ ਨੇ ਅੱਛਾ ਅੱਬਾ ਜੀ ਤੁਸੀਂ ਸਾਡੇ ਪਿਵਾਂ ਬਜਾਓ ਮੈਂ ਤੇ ਸਿਰਫ ਡਰਦਾ ਮੈਂ ਆਪ ਬੱਚੀਆਂ ਨਾਲ ਮੇਰੀ ਬੱਚੀ ਅਗਰ ਇਸ ਤਰ੍ਹਾਂ ਜਾਵੇ ਤੇ ਅੱਲਾ ਜਾਣਦਾ ਮੈਂ ਤੇ ਨਹੀਂ ਇਹ ਇੱਕ ਹੋਰ ਗੱਲ ਐ ਸੋਚ ਨੂੰ ਬਿਹਤਰ ਰੱਖੋ ਅਗਰ ਬੱਚੀ ਅੱਛਾ ਮੈਸੇਜ ਦੇ ਰਹੀ ਹੈ ਨਾ ਤੇ ਉਹ ਵੀ ਕੋਈ ਬੁਰੀ ਗੱਲ ਨਹੀਂ ਐ ਪੈਗਾਮ ਅੱਛਾ ਜਾਣਾ ਚਾਹੀਦਾ ਮੈਸੇਜ ਅੱਛਾ ਜਾਣਾ ਚਾਹੀਦਾ ਜ਼ਰੂਰੀ ਨਹੀਂ ਕਿ ਬੱਚੀ ਉਹ ਦੁਪੱਟਾ ਲੈ ਕੇ ਤੇ ਗੱਲ ਗੰਦੀ ਕਰ ਦਵੇ ਜੇ ਮੁਹੱਜ਼ਬ ਗੱਲ ਕਰੋ ਬੱਚੀਆਂ ਦੀ ਤਰਬੀਅਤ ਕਰੋ ਉਹਨਾਂ ਨੂੰ ਉਹਨਾਂ ਦੀ ਇਸਲਾਹ ਕਰੋ ਆਪਣੀ ਕੌਮ ਦੀ ਖਾਤਰ ਕੁਛ ਕਰੋ ਕੌਮ ਲਈ ਵੀ ਸੋਚੋ ਸਾਰੇ ਮਸਾਲਾ ਵੇਚਣ ਦੀ ਕੋਸ਼ਿਸ਼ ਨਾ ਕਰੋ ਕੌਮ ਲਈ ਸੋਚੋ ਕੌਮ ਲਈ ਮੁਲਕ ਲਈ ਸੋਚੋ ਆਪਣੀਆਂ ਨਸਲਾਂ ਲਈ ਸੋਚੋ ਇਹਦਾ ਵੀ ਜਵਾਬ ਦੇਣਾ ਸਾਰਿਆਂ ਨੇ ਜਿਹਦੇ ਕੋਲ ਜਿੰਨੀ ਤਾਕਤ ਉਹਦੇ ਕੋਲ ਉਹਨਾਂ ਸਵਾਲ ਹੋਣਾ ਜੇ ਭਾਜੀ ਮੈਸੇਜ ਕਰਦੇ ਰਹੋ ਕਮੈਂਟਸ ਕਰਦੇ ਰਹੋ ਤੇ ਸ਼ਾਨ ਪਾਕਿਸਤਾਨ ਨੂੰ ਵੇਖਦੇ ਰਹੋ ਜਿਹੜਾ ਵੀ ਮਸਲਾ ਹੋਏਗਾ ਭਾਵੇਂ ਡੱਕੀ ਏ ਭਾਵੇਂ ਰਜਬ ਏ ਤੇ ਭਾਵੇਂ ਉਹ ਭੈਣਾ ਨੇ ਭਾਵੇਂ ਕੋਈ ਵੀ ਪਾਕਿਸਤਾਨ ਚ ਜਿੱਥੇ ਕੋਈ ਪੁੱਠੀ ਸਿੱਧੀ ਗੱਲ ਹੋਏਗੀ ਅਸੀਂ ਉਹਦੇ ਤੇ ਸੱਚ ਬੋਲਾਂਗੇ ਅਸੀਂ ਉਹਤੇ ਗਲਤ ਬਿਆਨੀ ਨਹੀਂ ਕਰਾਂਗੇ ਨਹੀਂ ਨਹੀਂ ਕਦੀ ਨਾ ਕਮੈਂਟਸ ਕਰੋ ਨਾ ਕਰਨ ਦਿਆਂਗੇ ਹਾਂ ਕਰਨ ਦਿਆਂ ਕਰਨ ਵੀ ਨਹੀਂ ਦਿਆ ਨਾ ਕਿਸੇ ਨੂੰ ਉਹਦੀ ਪੂਰੀ تنਕੀਦ ਕਰਾਂਗੇ ਉਹਦਾ ਮੁਹਾਸਬਾ ਕਰਾਂਗੇ ਮੈਨੂੰ ਡਰ ਹੈ ਤੁਸੀਂ ਕਿਸੇ ਦਿਨ ਮੇ ਨਾਲ ਲੜ ਪੈਣਾ ਮੈਂ ਸਾਫ਼ ਲਾਇਆ ਤੁਹਾਡਾ ਨਹੀਂ ਗੱਲ ਜੇ ਲੜਾਈ ਵਾਲੀ ਕਰੋਗੇ ਤੇ ਤੁਹਾਡੇ ਨਾਲ ਵੀ ਲੜਾਂਗਾ ਉਹ ਭਾਈ ਮੈਂ ਤਾਂ ਨਹੀਂ ਆ ਤੇ ਸ਼ਾਹ ਜੀ ਮੇਰੇ ਵੱਡੇ ਭਾਈ ਨੇ ਮੇਰੇ ਦੋਸਤ ਵੀ ਨੇ ਮੈਂ ਇਹਨਾਂ ਕੋਲ ਆਨਾ ਇਸ ਲਈ ਆਨਾ ਕਿ ਗਲਤ ਢੜਲੇ ਦੀ ਤੇ ਸੱਚ ਕਰਦਨੇ ਇਹਨਾਂ ਨੇ ਡਰਨਾ ਨਹੀਂ ਗਲਤ ਗੱਲ ਨਹੀਂ ਕਰਨੀ ਤੇ ਸ਼ਾਨ ਪਾਕਿਸਤਾਨ ਵੇਖਦੇ ਰਹੋ ਤੇ ਕਮੈਂਟਸ ਲਾਜ਼ਮੀ ਕਰੋ ਕਿ YouTube ਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ ਇਹ ਜਿਹੜੇ ਯੂਟਿਊਬਰ ਨੇ ਇਹਨਾਂ ਨੂੰ ਕਿਸ ਤਰ੍ਹਾਂ ਚੱਲਣਾ ਚਾਹੀਦਾ ਹੈ ਕੀ ਇਹਨਾਂ ਨੂੰ ਗੰਦ ਵੇਚਣਾ ਚਾਹੀਦਾ ਹੈ ਜਿਹੜੇ ਗੰਦੇ ਯੂਟਿਊਬਰ ਨੇ ਉਹਨਾਂ ਨੂੰ ਬੈਨ ਕਰਦੇ ਜੋ ਉਹਨਾਂ ਦੇ ਖਿਲਾਫ ਕੀ ਹੋਣਾ ਚਾਹੀਦਾ ਕਮੈਂਟਸ ਦੱਸੋ ਕਿਉਂਕਿ ਤੁਹਾਡੇ ਕਮੈਂਟਸ ਇੱਕ ਬਹੁਤ ਵੱਡੀ ਆਵਾਜ਼ ਹੈ ਤੁਹਾਡੇ ਕਮੈਂਟਸ ਪੜੇ ਜਾਂਦੇ ਨੇ ਤੁਹਾਡੇ ਕਮੈਂਟਸ ਤੇ ਐਕਸ਼ਨ ਹੁੰਦਾ ਹੈ ਇਸ ਗੱਲ ਦਾ ਸ਼ਾਇਦ ਤੁਹਾਨੂੰ علم ਨਾ ਹੋਵੇ ਲੇਕਿਨ YouTube ਦੀ ਦੁਨੀਆ 'ਚ ਕਮੈਂਟਸ ਇੱਕ ਬੜੀ ਵੱਡੀ ਪਾਵਰ ਰੱਖਦੇ ਨੇ ਤੇ ਕਮੈਂਟਸ ਲਾਜ਼ਮੀ ਕਰਨਾ ਸ਼ਾਨ ਪਾਕਿਸਤਾਨ ਵੇਖਦੇ ਹੋ ਮੈਨੂੰ ਤੇ ਸ਼ਾਹ ਜੀ ਨੇ ਦੋ ਇਜਾਜ਼ਤ ਮਿਲਦੇ ਇੱਕ ਨਵੇਂ ਮਸਲੇ 'ਚ ਨਵੇਂ ਇਸ਼ੂ ਤੇ ਅੱਲਾਹ ਹਾਫਿਜ਼